गुरु गरीबन बाज पातशाह जी होली खेडते कोई चिक्कड़ पा के कोई झूठे रंग पा के महाराज कहते एक पूरा खून दे नाल रंगाया ही होला मुर्दियां नू मर्द बनावण दे लई इह दिन रचाया ही होला लोकां दीआं बोलियां ते खालसे दा बोला ए लोकां दीआं टोलियां ते खालसे दा बोला ए लोकां दीआं घोड़ियां ते सिंघां दे रंगा सिंघ लोकां दीआं होलियां ते खालसे दा बोला ए गुरु गरीबन बाज पातशाह जी होली खेडते कोई चिक्कड़ पा के कोई झूठे रंग पा के महाराज कहते एक पूरा खून दे नाल रंगाया ही होला मुर्दियां नू मर्द बनावण दे लई इह दिन रचाया ही होला और न की होली लोकां दी होलियां ते खालसे दा होला तुसीं क्या कहते हो लोकां दीआं बोलियां ते खालसे दा बोला ए लोकां दीआं टोलियां ते खालसे दा टोला ए लोकां दीआं घोड़ियां ते सिंघां ते रंगा सिंघ ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਏ ਅਨੰਦਪੁਰ ਲਾਇਆ ਸੰਗਤੇ ਗੁਰ ਕਲਗੀਆਂ ਵਾਲੇ ਹੋਲਾ ਅਨੰਦਪੁਰ ਲਾਇਆ ਸੰਗਤੇ ਗੁਰ ਕਲਗੀਆਂ ਵਾਲੇ ਹੋਲਾ ਵੇਖਣ ਆਉਂਦੇ ਜੀ ਸੰਗਤੇ ਵੇਖਣ ਆਉਂਦੇ ਸੰਗਤੇ ਗੁਰ ਭਾਗਾਂ ਵਾਲੇ ਹੋਲਾ ਵੇਖਣ ਆਉਂਦੇ ਸੰਗਤੇ ਜੋ ਭਾਗਾਂ ਵਾਲੇ ਹੋਲਾ ਜਗ ਦੀ ਹੋਲੀ ਸੰਗਤੇ ਗੁਰ ਸਿੱਖਾਂ ਮਨਾਇਆ ਹੋਲਾ ਜਗ ਦੀ ਹੋਲੀ ਜੀ ਸੰਗਤੇ ਜਗ ਦੀ ਹੋਲੀ ਸੰਗਤੇ ਗੁਰ ਸਿੱਖਾਂ ਮਨਾਇਆ ਹੋਲਾ ਜਗ ਦੀ ਹੋਲੀ ਸੰਗਤੇ ਗੁਰ ਸਿੱਖਾਂ ਮਨਾਇਆ ਹੋਲਾ ਸਾਰਾ ਕੁਝ ਕਿਉਂਕਿ ਪੰਥ ਦੇ ਅੰਦਰ 12 ਸਾਲ ਪੜ੍ਹੇ ਕਿਤੇ ਦੂਜੇ ਪਾਸੇ ਜਾ ਕੇ ਤੇ ਨਿਹੰਗ ਸਿੰਘਾਂ 'ਚ ਇੱਕ ਸਾਲ ਲਾ ਲਵੇ ਉਹਨੂੰ ਏਡਾ ਗਿਆਨ ਇਕੱਠਾ ਹੋ ਜਾਂਦਾ ਤੇ 12 ਸਾਲ ਦੀ ਤਪੱਸਿਆ ਇੱਕ ਸਾਲ 'ਚ ਹੀ ਸੰਪੂਰਨ ਹੋ ਜਾਂਦੀ ਆ ਇਹ ਅਸਲੀ ਦਲ ਪੰਥ ਬਹੀਰ ਜਿਹੜੇ ਮਹਾਰਾਜ ਨੇ ਚਲਾਇਆ ਇੱਕ ਤਾਂ ਕੋਈ ਬੰਦਾ ਚਲਾ ਲੈਂਦਾ ਨਾ ਚਲੋ ਉਹਨੂੰ ਮੁਬਾਰਕ ਇੱਕ ਜਿਹਨੂੰ ਚਲਾਇਆ ਹੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਲਗੀਆਂ ਵਾਲੇ ਦੇ ਨਗਾਰੇ ਕਲਗੀਆਂ ਵਾਲੇ ਦੇ ਨਿਸ਼ਾਨ ਕੋਈ ਕੱਲ੍ਹ ਨੂੰ ਉੱਠ ਕੇ ਇਹਨਾਂ ਦੀ ਬਰਾਬਰੀ ਥੋੜ੍ਹੋ ਕਰ ਸਕਦਾ ਨਾਲੇ ਕੋਈ ਕੱਲ੍ਹ ਉੱਠ ਕੇ ਇਹਨਾਂ ਦੇ ਜਥੇਦਾਰਾਂ ਜਾਂ ਦੂਜਿਆਂ ਤੀਜਿਆਂ ਲਈ ਥੋੜ੍ਹੀ ਕੁਛ ਬੋਲ ਸਕਦਾ ਕੀ ਪਤਾ ਉਹਨਾਂ ਨੂੰ ਪੰਥ ਦੀ ਖੇਡ ਕਿੱਡੀ ਵੱਡੀ ਆ ਅਕਾਲ ਤਖਤ ਸਾਹਿਬ 10 ਜਥੇਦਾਰ ਬੁੱਢੇ ਦਲ ਦੇ ਰਹੇ ਮਾਂ ਕੜ ਫਰਲੇ ਵਾਲੇ ਸਮਾਂ ਜੈਸਾ ਬਣ ਰਿਹਾ ਉਹ ਸਮੇਂ ਬਣ ਗਏ ਕਿਉਂਕਿ ਜਥੇਦਾਰ ਅੱਜ ਜਿਹੜੇ ਨੇ ਉਹਨਾਂ ਨੂੰ ਗਾਂ ਕਮੇਟੀਆਂ ਬਣਾਉਣੀਆਂ ਪੈ ਰਹੀਆਂ ਨਹੀਂ ਤਾਂ ਇਹ ਜਥੇਦਾਰ ਇਹ ਕਮੇਟੀਆਂ ਇਸ ਆਨ ਦੀ ਸਪੋਰਟ ਫੈਸਲੇ ਲੈਂਦੇ ਆ ਉਹ ਲੈਣੇ ਪੈਣੇ ਆ ਕਮਜ਼ੋਰੀ ਰਹਿੰਦੀ ਹੈ ਜਿਹੜਾ ਤੁਸੀਂ ਕਿਹਨੂੰ ਨਹੀਂ ਪਤਾ ਉਹ ਜਥੇਦਾਰ ਵਿਚਾਰੇ ਆਮ ਮੰਨਦੇ ਉਹਨਾਂ ਦੇ ਹੱਥ ਕੀ ਆ ਜਥੇਦਾਰਾਂ ਨੂੰ ਦੋਸ਼ੀ ਨਹੀਂ ਮੰਨਦੇ ਉਹਨਾਂ ਦੇ ਜਿਹੜੇ ਉੱਤੇ ਬਹਿ ਗਏ ਉਹ ਲੀਡਰ ਜਿਹਨਾਂ ਨੂੰ ਪਤਾ ਹੀ ਨਹੀਂ ਤੁੰਨੀ ਮੁੰਨੀ ਇੱਕ ਬਰਾਬਰ ਕਹਿੰਦੇ ਸੀ ਉਹ ਤੁੰਨੀ ਛੱਡ ਕੇ ਉਹਨੇ ਤਾਂ ਦਾੜੀਆਂ ਕਤਲ ਕਰ ਲਈਆਂ ਜਿਹੜੇ ਲੀਡਰ ਤੋਂ ਵੱਧ ਮੇਰਾ ਪੰਥ ਨਿਆਰਾ ਹੈ ਗਗਨ ਮੰਡਲ ਮੈਂ ਬੁੰਗਾ ਹਮਾਰਾ ਮਾਂ ਕਾਲ ਰਖਵਾਰਾ ਹੈ ਆਹ ਨੇ ਸਾਡੇ ਰੂਪ ਆਹ ਜਿਹੜਾ ਸਰੂਪ ਹੈ ਮਹਾਰਾਜ ਨੇ ਦਿੱਤਾ ਇਹ ਮਾਂ ਕਾਲ ਦਾ ਰੂਪ ਆ ਆਹ ਜਿਹੜਾ ਬਾਣਾ ਇਹ ਆਪਣਾ ਬਾਣਾ ਨਹੀਂ ਸਾਡਾ ਇਹ ਅਕਾਲ ਪੁਰਖ ਵਾਹਿਗੁਰੂ ਦਾ ਬਾਣਾ ਜਿਹੜਾ ਬਾਬਾ ਫਤਿਹ ਸਿੰਘ ਦੇ ਰਾਹੀਂ ਪ੍ਰਗਟ ਹੋਇਆ ਇਹ ਖੇਡਾਂ ਬਣ ਗਈਆਂ ਇਹ ਜਿਹੜੀ ਲੜਾਈ ਸੀ ਨਾ ਵੀ 2 ਕਰੋੜ ਦੂਜੇ ਤੀਜੇ ਇਹ ਕਹਿਣ ਲੱਗ ਗਏ ਇਹ ਹੋਣਗੇ ਪਰ ਆਹ ਜਿਹੜਾ ਪੰਥ ਆ 96 ਕਰੋੜ ਆ ਇੱਦਾਂ ਦਾ 5000 ਤੇ ਮਰ ਦੇ ਪਣਗੇ ਦੇ ਨੇੜੇ ਹੀ ਰਹਿੰਦਾ ਤੇ ਸਾਡੇ ਸਤਿਗੁਰੂ ਲਾਇਵ ਸਤਿਗੁਰੂ ਅਲਾਇਵ ਇਹ ਨਹੀਂ ਵੀ ਪ੍ਰਗਟ ਗੁਰਾਂ ਕੀਤੇ ਇਹ ਮੁਸਲਮਾਨਾਂ ਦਾ ਹੈੱਡ ਸੀ ਨਿਜ਼ਾਮੋਦੀਨ ਸਾਹਿਬ ਉਹਨਾਂ ਦੇ ਉੱਥੇ ਜਿਹੜਾ ਉਹਨਾਂ ਦਾ ਗੱਦੀ ਨਸ਼ੀਨ ਉਹਨੇ ਕਿਹਾ ਸੀ ਜਦੋਂ ਸਾਰੀ ਦੁਨੀਆ ਅਕਲਮੰਦ ਹੋ ਗਈ ਨਾ ਹਾਲੇ ਅਕਲਮੰਦ ਨਹੀਂ ਜਿੱਦਣ ਸਾਰੀ ਦੁਨੀਆ ਅਕਲਮੰਦ ਹੋ ਗਈ ਨਾ ਫਿਰ ਸਾਰੀ ਦੁਨੀਆ ਦਾ ਰਹਿਬਰ ਇੱਕੋ ਹੀ ਹੋਵੇਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸਾਰੇ ਖਾਲਸੇ ਹੋਣਗੇ ਸਿੰਘਾਂ ਨਾਲ ਜਿਹੜੇ ਖੇਡਦੇ ਚਲਾਕੀਆਂ ਕਿਸੇ ਦਾ ਨਹੀਂ ਪੰਥ ਨੇ ਲਿਹਾਜ ਕਰਨਾ ਅੱਜ ਸਮਾਜ ਚਾਹੇ ਕੱਲ ਆ ਜਵੇ ਦੁਨੀਆ ਤੇ ਖਾਲਸੇ ਨੇ ਰਾਜ ਕਰਨਾ ਸਮੇਂ ਦੀ ਹਨੇਰੀ ਜੀ ਨੂੰ ਜੜਾਂ ਪੁੱਟ ਜੇ ਡਵੀ ਨਹੀਂ ਖੋਖਲਾ ਕੋਈ ਬੋੜ ਖਾਲਸਾ ਵਜਾਂ ਵਾਲੇ ਪਿਤਾ ਦੇ ਅਟਲ ਬੋਲਨੇ ਹੋਵੇਗਾ 96 ਕਰੋੜ ਖਾਲਸਾ ਵਜਾਂ ਵਾਲੇ ਪਿਤਾ ਦੇ ਅਟਲ ਬੋਲਨੇ ਹੋਵੇਗਾ 96 ਕਰੋੜ ਖਾਲਸਾ ਸਾਨੂੰ ਚਾਹੁੰਦੇ ਨੇ ਮਕਾਉਣਾ ਕਿਉਂਕਿ ਜਾਣਦੇ ਆ ਗੁਣਤੀ ਮਿਲੀ ਆ ਸਾਨੂੰ ਅੱਗ ਦੀ ਸ਼ੇਰ ਭਾਵੇਂ ਸੁੱਤਾ ਹੋਵੇ ਸ਼ੇਰ ਹੀ ਹੁੰਦਾ ਜਾਨ ਸੁੱਕੀ
निशान सारी दुनिया ते झूलने ने लैके अमरीका तो जापान होना खालसा होनी पंज कक्या च सजी सारी दुनिया ते दुनिया का इको ही एवं लंडी बुची दया दाबिया तो दबे होना हवा जी क्या हाले तो तूफान होना खालसा खालसा जी हाले शुरुआती दिन चलते ने सच कहिंदा मोरां वालिया जवान होना खालसा ए पंथ ਇਹਦੇ ਸਿਰੇ ਤੇ ਅਜੇ ਲੱਗਣੇ ਆ ਬਾਬਾ ਜੀ ਕਿਵੇਂ ਵੇਖਦੇ ਹੋ ਛੋਟੇ ਛੋਟੇ ਸਿੰਘ ਜਦੋਂ ਜੁੜਦੇ ਨੇਗੇ ਖੁਸ਼ੀ ਹੁੰਦੀ ਹੈ ਕਿ ਸਾਡੇ ਨੌਜਵਾਨ ਸਾਡੇ ਜਿਹੜੇ ਬੱਚੇ ਨੇ ਉਹ ਸਿੱਖੀ ਦੇ ਨਾਲ ਜੁੜ ਰਹੇ ਨੇਗੇ ਪਚੰਗੀ ਨੇ ਪੰਥ ਦੇ ਪਚੰਗੀ ਪਤਾ ਕਿਹਨੂੰ ਕਹਿੰਦੇ ਆ ਖੜੱਪੇ ਸੱਪ ਨੂੰ ਜਿਹੜਾ ਡੰਗਿਆ ਪਾਣੀ ਨਾ ਮੰਗੇ ਨਿਹੰਗ ਕਹਿੰਦੇ ਨੇ ਮਗਰਮੱਛ ਨੂੰ ਨਿਹੰਗ ਸਿੰਘ ਕਹਿੰਦੇ ਨੇ ਬੱਬਰ ਸ਼ੇਰ ਨੂੰ ਜੁੱਧ ਦੇ ਅੰਦਰ ਪਾਣੀ ਵਿੱਚ ਮਗਰਮੱਛ ਤੋਂ ਬਲੀ ਕੋਈ ਨਹੀਂ ਵੱਡਿਆਂ ਵੱਡਿਆਂ ਚਿੱਥ ਦਿੰਦਾ ਸ਼ੇਰ ਵੀ ਡਰਦਾ ਹੀ ਪਾਣੀ ਪੀਂਦਾ ਵੀ ਕਦੇ ਮਗਰਮੱਛ ਨਾ ਆ ਜਾਏ ਤੇ ਜੇ ਜੰਗਲ ਦੀ ਗੱਲ ਚੱਲੀ ਜੰਗਲ ਦੇ ਵਿੱਚ ਬੱਬਰ ਸ਼ੇਰ ਤੇ ਜੇ ਗੱਲ ਚੱਲੇ ਬਣਾ ਦੀ ਚੰਦਨ ਦੇ ਮੁੱਢ ਦੀ ਤੇ ਉੱਥੇ ਉਹ ਖੜੱਪਾ ਐਂ ਕੁੰਡਲ ਮਾਰ ਕੇ ਬੈਠਾ ਸਨਾਤਨ ਧਰਮ ਵੀ ਇਹੀ ਗੱਲ ਕਹਿੰਦਾ ਸ਼ਿਵ ਜੀ ਦੇ ਗੜ ਦੇ ਵਿੱਚ ਉਹ ਖੜੱਪਾ ਅਸੀਂ ਸਤਿਕਾਰ ਕਰਦੇ ਹਾਂ ਸਾਰਿਆਂ ਦੇ ਉਹ ਤੇ ਬਾਹਰ ਬਣਾ ਕੇ ਬਹਿ ਗਏ ਮੂਰਤੀਆਂ ਉਹਨਾਂ ਦੇ ਜਿਹੜੇ ਸ਼ੁਭ ਗੁਣ ਨੇ ਉਹ ਖਾਲਸੇ ਦੇ ਅੰਦਰ ਆ ਖਾਲਸਾ ਇਸੇ ਕਰਕੇ ਸੰਪੂਰਨ ਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪੰਥ ਮਾਤਾ ਸਾਹਿਬ ਦੇਵ ਕੌਰ ਜੀ ਆਦਿ ਸ਼ਕਤੀ ਇਹ ਖਾਲਸਾ ਸਨਾਤਨ ਆ ਸਭ ਤੋਂ ਜੇ ਬੱਚਾ ਜਿੱਦਾਂ ਦਾ ਜੰਮਦਾ ਉਦਾਂ ਦੇ ਰਹਿਣ ਦਿਓ ਕੈਂਚੀ ਲਾਓ ਹੀ ਨਾ ਕੈਂਚੀ ਨਾਲ ਜਨੇਊ ਵੀ ਬਣ ਕੱਟ ਕੇ ਬੋਧੀ ਵੀ ਕੀਤੀ ਜਾਂਦੀ ਉਹ ਕੀ ਕਹਿੰਦੇ ਉਹਨੂੰ ਉਹ ਕਰਾਉਂਦੇ ਨਾ ਆਪਣੇ ਮੰਡਨ ਕੀ ਹੁੰਦਾ ਉਹ ਮੁੰਡਨ ਹੈ ਅਤੇ ਉਹ ਸੁੰਨਤ ਕਰਦੇ ਆ ਅਤੇ ਜੇ ਬੰਦੇ ਨੂੰ ਜਿੱਦਾਂ ਦਾ ਜੰਮਿਆ ਉਦਾਂ ਦਾ ਰਹਿ ਜਾਏ ਉਹ ਕੌਣ ਆ ਉਹ ਤਾਂ ਮੈਂ ਸਿੱਖ ਹੀ ਆ ਵੀ ਦਾੜੀ ਆਉਂਦੀ ਆ ਉਹ ਨਾ ਇਹਦਾ ਵਿਰੋਧ ਕਰੇ ਅੱਜ ਤਾਂ ਸਿੱਖ ਹੀ ਕਰਨ ਲੱਗ ਗਿਆ ਅੱਛਾ ਬਾਬਾ ਜੀ ਕਿਵੇਂ ਵੇਖਦੇ ਹੋ ਕਿਉਂਕਿ ਜਦੋਂ ਹੋਲੀ ਖੇਡੀ ਜਾਂਦੀ ਹੈ ਤਾਂ ਰੰਗਾਂ ਦਾ ਤਿਉਹਾਰ ਕਿਹਾ ਜਾਂਦਾ ਹੈ ਖਾਲਸਾ ਜਦੋਂ ਹੋਲਾ ਖੇਡਦਾ ਰੰਗਾਂ ਦੇ ਵਿੱਚ ਰਹਿੰਦਾ ਇਹਨਾਂ ਰੰਗਾਂ ਤੋਂ ਸੁਨੇਹਾ ਕੀ ਜਾਂਦਾ ਹੈ ਕੌਮ ਦੇ ਨਹੀਂ ਅਸ ਐਕਚੁਅਲੀ ਨਾ ਜਿਹੜੇ ਤਾਂ ਇੱਕ ਮੈਂ ਬਹੁਤ ਚੰਗਾ ਕਰਦਾ ਉਹ ਵੀਰੋ ਕੈਮੀਕਲ ਜਿਹੜੇ ਪਾ ਕੇ ਲਿਆਉਂਦੇ ਹੋ ਕਿ ਇੱਦਾਂ ਦੇ ਰੰਗ ਵੀ ਪੱਕੇ ਰਹਿਣ ਵੀ ਲੈਣ ਹੀ ਨਾ ਇਹ ਕਿਹਨੂੰ ਦਿਖਾਉਣਾ ਚਾਹੁੰਦਾ ਗੁਲਾਬ ਦੀ ਤਾਂ ਮਾੜੀ ਮੋਟੀ ਮਰਿਆਦਾ ਸੀ ਗੁਲਾਬ ਦੇ ਫੁੱਲਾਂ ਦੀ ਤਾਂ ਮਰਿਆਦਾ ਸੀ ਗੁਲਾਬ ਦੇ ਫੁੱਲਾਂ ਤੋਂ ਕੁਝ ਉਹ ਆਹ ਕਿਹੜੇ ਤੁਸੀਂ ਰੰਗ ਲੈਂਦੇ ਆਹ ਤਾਂ ਕੈਮੀਕਲ ਇਹ ਤਾਂ ਅੰਨੇ ਕਰਦੇ ਫਿਰਦੇ ਹੋ ਤੁਸੀਂ ਲੋਕਾਂ ਨੂੰ ਕੱਪੜੇ ਖਰਾਬ ਕਰਦੇ ਫਿਰਦੇ ਹੋ ਇਹਦੇ ਲੇਖੇ ਦੇਣੇ ਪੈਣੇ ਆ ਗੱਲ ਸੁਣੋ ਮਹਾਰਾਜ ਦੇ ਘਰ ਇੰਨੀ ਇੰਨੀ ਚੀਜ਼ ਦੇਖੀ ਜਾਂਦੀ ਉਹਦਾ ਕੈਮਰਾ ਜਿਵੇਂ ਤੁਹਾਡਾ ਕੈਮਰਾ ਇਹਦੀ ਅੱਖ ਨਾਲ ਬਹੁਤ ਕੁਝ ਦੇਖਿਆ ਜਾਂਦਾ ਅਤੇ ਮਹਾਰਾਜ ਦਾ ਜਿਹੜਾ ਕੈਮਰਾ ਨਾ ਉਹ ਸਦਾ ਹੀ ਚੱਲਦਾ ਉਹਦਾ ਫੋਕਸ ਵੀ ਬੜਾ ਤਕੜਾ ਇੱਥੇ ਵਾਧੀਆਂ ਕਰ ਲਓਗੇ ਉੱਥੇ ਮੂੰਹ ਕਿਹੜਾ ਲੈ ਕੇ ਜਾਵਾਂਗੇ ਉੱਥੇ ਸੱਚਾ ਹੀ ਸੱਚ ਨਿਬੜਾ ਹੈ ਇਹ ਗੰਦੇ ਮੰਦੇ ਰੰਗਾਂ ਤੋਂ ਬਚੋ ਗੁਲਾਬ ਦੀ ਮਰਿਆਦਾ ਕਰਨੀ ਕਰੋ ਗੁਲਾਬ ਦੇ ਫੁੱਲ ਬਰਸਾਓ ਜੇ ਬਾਹਲੇ ਹੀ ਆ ਫਿਰ ਬਰਸਾਓ ਫੁੱਲ ਫੁੱਲਾਂ ਦੀ ਵਰਖਾ ਕਰ ਲਓ ਇੱਕ ਦੂਜੇ 'ਤੇ ਇਹ ਕੱਚੇ ਪਿੱਲੇ ਰੰਗਾਂ ਤੋਂ ਤਾਂ ਮਹਾਰਾਜ ਨੇ ਆਪਾਂ ਨੂੰ ਰੋਕਿਆ ਪਰ ਇਹ ਸਾਡੇ ਹੀ ਕਈਆਂ ਨੇ ਪ੍ਰਚਲਿਤ ਕਰ ਦਿੱਤੀ ਅੱਜ ਹੁਣ ਪਿੱਛੇ ਨੂੰ ਜਾਂਦੇ ਆ ਇਹਦੇ ਲਈ ਉਹ ਕੈਮੀਕਲ ਵਾਲੇ ਰੰਗ ਕਿਤੇ ਨਹੀਂ ਲਿਖੇ ਹਰੇ ਹੁਰੇ ਰੰਗ ਕਿਤੇ ਨਹੀਂ ਲਿਖੇ ਗੁਲਾਲ ਦਾ ਜ਼ਿਕਰ ਹੈਗਾ ਸੋ ਉਹੀ ਵਰਤਣਾ ਚਾਹੀਦਾ ਅਤੇ ਜਿਹੜਾ ਰੰਗ ਦੀ ਗੱਲ ਕੀਤੀ ਨਾ ਰੰਗ ਤਾਂ ਇੱਕੋ ਹੀ ਚੰਗਾ ਲਾਲ ਰੰਗ ਤਿਸ ਕੋ ਲੱਗਾ ਜਾਂ ਕੇ ਵਡਭਾਗਾ ਉਹ ਜਿਹੜਾ ਰੰਗ ਆ ਨਾ ਉਹ ਨਾਮ ਦਾ ਰੰਗ ਆ ਅਨੰਦਪੁਰ ਸਾਹਿਬ ਦੀ ਧਰਤੀ ਦੇ ਹਰ ਕੋਈ ਨਿਵ ਕੇ ਆਉਂਦਾ ਹਰ ਕੋਈ ਥੱਲੇ ਚਰਨਾਂ ਦੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਆਉਂਦਾ ਖਾਲਸੇ ਦੀ ਚੜ੍ਹਤ ਨੂੰ ਵੇਖਣ ਲਈ ਆਉਂਦਾ ਲੇਕਿਨ ਅੱਜ ਕੱਲ੍ਹ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਅਨੰਦਪੁਰ ਸਾਹਿਬ ਤੋਂ ਹੁੱਲੜਬਾਜ਼ੀ ਕਰਦੇ ਨੌਜਵਾਨ ਮੋਟਰਸਾਈਕਲਾਂ 'ਤੇ ਹੋਣ ਟਰੈਕਟਰਾਂ 'ਤੇ ਹੋਣ ਟਰਾਲੀਆਂ 'ਤੇ ਹੋਣ ਤੁਹਾਡਾ ਸੁਨੇਹਾ ਇੱਕ ਵੱਡਾ ਜਾਂਦਾ ਜਦੋਂ ਸਿੱਖ ਮਿਲਦੀ ਉਹਨਾਂ ਨੂੰ ਕਿਤੇ ਨਾ ਕਿਤੇ ਤੁਹਾਡੇ ਇਹਨਾਂ ਸੁਨੇਹਾਂ ਤੋਂ ਤੁਸੀਂ ਕੀ ਸੁਨੇਹਾ ਦਿਓਗੇ ਉਹ ਨੌਜਵਾਨ ਜਿਹੜੇ ਨੇ ਇੱਥੇ ਖੰਗਲ ਮਚਾਉਣ ਦਾ ਕੰਮ ਕਰਦੇ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਨੌਜਵਾਨੋ ਤੁਹਾਨੂੰ ਪਤਾ ਨਹੀਂ ਤੁਸੀਂ ਜਾਣੇ ਅਣਜਾਣੇ ਕਿੱਡੀ ਵੱਡੀ ਗਲਤੀ ਕਰ ਚੁੱਕੇ ਹੋ ਜਾਂ ਕਰ ਰਹੇ ਹੋ ਟਰੈਕਟਰ ਮਹਾਰਾਜ ਨੇ ਬਖਸ਼ੇ ਤੁਹਾਨੂੰ ਇਹਨਾਂ ਟਰੈਕਟਰਾਂ ਥੱਲੇ ਦੇ ਕੇ ਦੂਜਿਆਂ ਨੂੰ ਮਾਰਨਾ ਚਾਹੁੰਦੇ ਹੋ ਉਹ ਵੀ ਨੁਕਸਾਨ ਇਹ ਤੁਹਾਡੀ ਮੌਤ ਹੋ ਗਈ ਉਹ ਵੀ ਸਾਡਾ ਹੀ ਨੁਕਸਾਨ ਕਿੰਨੇ ਕੁ ਆਪਾਂ ਅੱਗੇ ਹੁੱਲੜਬਾਜ਼ੀ ਨਹੀਂ ਹੋਣੀ ਚਾਹੀਦੀ ਗੁਰੂ ਕਾ ਸਿੱਖ ਨਿਭ ਕੇ ਰਹਿੰਦਾ ਤੁਸੀਂ ਕਿਹਾ ਜਿਹੜਾ ਚੜ੍ਹ ਕੇ ਆਉਂਦਾ ਅਨੰਦਪੁਰ ਸਾਹਿਬ ਚੜ੍ਹ ਕੇ ਆਏ ਨੇ ਉਹ ਸਿੱਖ ਸਿੱਖ 'ਤੇ ਚੜ੍ਹਾਈ ਕਰੇਗਾ ਸਿੱਖ ਸਿੱਖ ਨੂੰ ਮਾਰੇਗਾ ਉਹ ਮਾਂ ਦਾ ਪੁੱਤ ਉਹ ਕੈਨੇਡਾ ਤੋਂ ਆਇਆ ਸੀ ਜਿਹੜਾ ਆਪ ਹੀ ਮਾਰ ਦਿੱਤਾ ਇੱਥੇ ਉਹ ਬਾਣੀ ਬਾਣੇ ਵਾਲਾ ਸੀ ਉਹ ਰੋਕਦਾ ਹੀ ਸੀ ਵੀ ਹੁੱਲੜਬਾਜ਼ੀ ਨਾ ਕਰੋ ਅਤੇ ਮੋਹਰੇ ਚੱਕ ਕੇ ਗੋਲੀ ਮਾਰਤੀ ਪਹਿਲੀ ਤਾਂ ਗੱਲ ਸਰਕਾਰਾਂ ਦੇ ਵੱਡੇ ਫੇਲੀਅਰ ਆ ਇਹ ਸਰਕਾਰਾਂ ਪਤਾ ਨਹੀਂ ਕੀ ਕਰਦੀਆਂ ਦੇਖੋ ਜਿਹੜੇ ਅਸਲੇ ਆ ਜਿਹੜੇ ਤਾਂ ਲਾਇਸੈਂਸ 'ਤੇ ਉਹ ਤਾਂ ਉਹਨਾਂ ਨੂੰ ਪਤਾ ਜਿਹੜਾ ਨਜਾਇਜ਼ ਇੰਨਾ ਅਸਲਾ ਆ ਗਿਆ ਇੱਕ ਮੈਨੂੰ ਭਰਾ ਹੀ ਆਪਣਾ ਹੀ ਦੱਸਦਾ ਸੀ ਕਿਉਂਕਿ ਇੱਥੇ ਸਾਰੇ ਹੀ ਆਉਂਦੇ ਆ
वो ये दस रहा सी कहिंदा इन्ना नजायज असला आ गया ना हर दूजे तीजे कोल चक्की फिरदा ते फिर एक कर दियां की आ सरकारां इन्हां दे फर्ज नहीं बनदे वो मां नूं पुत लभ जू वो कित्थों लभ जू अच्छा वो मोहरों वह भी तगड़ा सी बरछी नगाण दा किसे दे ये कहिंदे ट्रैक्टर च मारती वो चलो तुहाडा तुसीं भी कोई होर भन तोड़ कर लैंदे उहदी जानों मारना ये तो बहुत वड्डा गुनाह आया हत्या तो किसी की भी माड़ी आम तौर पर है ना पर जिहड़ी जीव बंदा ही मार देना इहदा बहुत वड्डा गुनाह मन्निया महाराज ने यह बहुत दुख दिया और तुहानू बेनती हुल्लड़बाजी ना करो जबानी च होश नहीं हुंदा यह अक्सर आपां नूं सुणन नूं मिलदा पर उहनां दे मापिआं नूं जदों उहनां नूं घल्लदे आ ਉਹ ਕਿਸੇ ਸਿਆਣੇ ਬੰਦਿਆਂ ਨਾਲ ਘੱਲਣਾ ਚਾਹੀਦਾ ਜਾਂ ਆਪ ਨਾਲ ਆਉਣਾ ਚਾਹੀਦਾ ਇਹ ਜਿਹੜੀ ਜਾਂ ਫਿਰ ਉਹ ਆਪ ਉਧਰੇ ਹੋ ਕੇ ਇੱਥੇ ਇੱਕ ਅੱਧੀ ਵਾਰੀ 'ਤੇ ਹੁਣ ਕਰ ਲਿਆ ਗਾਂ ਨੂੰ ਇਹ ਸੋਚਣਾ ਤਾਂ ਪਏਗਾ ਨਾ ਜਥੇਬੰਦੀਆਂ ਬੈਠਣਗੀਆਂ ਜਿੱਦਣ ਕਿਉਂਕਿ ਹੁਣ ਸਮਾਗਮ ਹੋਏ ਇਹ ਬਚਨ 'ਤੇ ਚੱਲਣੀ ਆ ਵੀ ਆ ਹੋਇਆ ਕੀ ਕਰਦੇ ਹੋ ਤੁਸੀਂ ਕੋਈ ਜਵਾਬਦੇ ਹੀ ਨਹੀਂ ਬਣਦਾ ਜਥੇਦਾਰ ਸਾਹਿਬ ਕਹਿੰਦੇ ਜੀ ਅਸੀਂ ਕੀ ਕਰ ਸਕਦੇ ਹਾਂ ਫਿਰ ਰੁਤਬੇ ਕੌਣ ਮਾਣ ਰਿਹਾ ਪੁਲਿਸ ਕਹਿ ਰਹੀ ਅਸੀਂ ਕੀ ਕਰ ਸਕਦੇ ਹਾਂ ਉਹ ਵੀ ਤੁਸੀਂ ਤਨਖਾਹਾਂ ਕਿੱਥੋਂ ਲੈ ਰਹੇ ਹੋ ਜੇ ਤੁਸੀਂ ਨਹੀਂ ਕਰਨਾ ਫਿਰ ਕਰਨਾ ਕਿ ਨਹੀਂ ਆ ਜਾਂ ਤਾਂ ਕਹਿ ਦਿਓ ਵੀ ਸਾਰਾ ਕੁਝ ਨਿਹੰਗ ਸਿੰਘਾਂ ਨੂੰ ਸੌਂਪ ਦਿਓ ਇਹ ਆਪ ਹੀ ਆਪਣੇ ਹਿਸਾਬ ਨਾਲ ਸੁਧਾਰ ਕਰ ਲੈਣਗੇ ਫਿਰ ਤਨਖਾਹ ਤੁਸੀਂ ਲਓ ਕਰਜਾਈ ਪੰਜਾਬ ਨੂੰ ਤੁਸੀਂ ਬਣਾਓ ਅਤੇ ਕਹਿਣ ਵੀ ਹੁਣ ਅਸੀਂ ਕਰਨ ਇਹ ਜਵਾਬ ਦੇ ਤਾਂ ਹੈ ਨਾ ਜੇ 92 ਜਿਤਾਏ ਆ ਜਵਾਬ ਦੇਣੇ ਪੈਣੇ ਆ ਕਾਬੂ ਕਰ ਲਓ ਹੱਲੇ ਦੇ ਨਾਲ ਨਹੀਂ ਤਾਂ ਜੋ ਦੇਖਣ ਤੋਂ ਲੱਗ ਰਿਹਾ ਨਾ ਕਿਉਂਕਿ ਦਿੱਲੀ ਉਹਦੇ ਮਨਸੂਬੇ ਵੀ ਚੰਗੇ ਨਹੀਂ ਦੂਜੀ ਗੱਲ ਪੰਜਾਬ ਨਾਲ ਹੋਇਆ ਤਾਂ ਹਮੇਸ਼ਾ ਧੱਕਾ ਹੀ ਆ ਧੱਕੇ 'ਚੋਂ ਬਗਾਵਤ ਉੱਠਦੀ ਆ ਜੇ ਕਹਿ ਲਓ ਪਰ ਸ਼ਾਸਤਰ ਵੀ ਸਾਨੂੰ ਮਹਾਰਾਜ ਨੇ ਬਖਸ਼ੇ ਸਾਨੂੰ ਗ੍ਰੰਥ ਵੀ ਬਖਸ਼ੇ ਔਰ ਗ੍ਰੰਥਾਂ 'ਚ ਲਿਖਿਆ ਸ਼ਾਸਤਰਾਂ ਨੂੰ ਜੂਸ ਅਤੇ ਮਿਸ ਜੂਸ ਕਰਨਾ ਜਾਂ ਨਹੀਂ ਕਰਨਾ ਉਹ ਸਾਰਾ ਕੋਰਟ ਆਫ ਕੰਟੈਕਟ ਜਿਹੜਾ ਨਾ ਸਾਰਾ ਸਿਧਾਂਤ ਹੈਗਾ ਪਰ ਹੁਣ ਪੜ੍ਹਦਾ ਕਿਹੜਾ ਜਣਾ ਖਣਾ ਉੱਠਦਾ ਬਹੁਤੇ ਦੇ ਡੁਪਲੀਕੇਟ ਹੀ ਆ ਸਿਰ ਪਵਾਏ ਆਪਣੇ ਤਾਂ ਹੋਲੇ ਮਹੱਲੇ 'ਤੇ ਬਾਣਾ ਪਾ ਲਿਆ ਹਾਂਜੀ ਪਰ ਇੱਦਾਂ ਨਹੀਂ ਇਹ ਬਹੁਤ ਜ਼ਿੰਮੇਵਾਰੀ ਵਾਲਾ ਬਾਣਾ ਇਹਦਾ ਸਤਿਕਾਰ ਕਰੀਏ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਸਾਰੇ ਇਕਜੁੱਟ ਹੋਵੋ ਅਨੰਦਪੁਰ ਸਾਹਿਬ ਦੀ ਧਰਤੀ ਰੰਗਾਂ 'ਚ ਰੰਗੇਗੀ ਉੱਥੇ ਹੀ ਕੌਮੀ ਇਨਸਾਫ਼ ਮੋਰਚਾ ਚੱਲ ਰਿਹਾ ਉੱਥੇ ਵੱਖਰਾ ਇੱਕ ਮਹੱਲਾ ਜਿਹੜਾ ਉਹ ਕੱਢਿਆ ਗਿਆ ਕਈ ਦਲ ਜਿਹੜੇ ਨੇ ਉਹ ਵੱਖਰਾ ਮਹੱਲਾ ਖੇਡ ਰਹੇ ਚਲੋ ਉਹ ਜਿਹੜੇ ਉੱਥੇ ਹੀ ਬੈਠੇ ਉਹਨਾਂ ਉੱਥੇ ਸਜਾ ਲਿਆ ਕਿਉਂਕਿ ਉੱਥੇ ਵੀ ਚਾਹੀਦਾ ਹੀ ਆ ਫਿਰ ਵੇਖ ਦਿਓ ਕਿ ਅਨੰਦਪੁਰ ਸਾਹਿਬ ਦਾ ਰੰਗ ਮੌਲੀ ਦੇ ਵਿੱਚ ਵੀ ਲੱਗੂ ਹਾਂ ਇਹ ਕੱਲਾ ਇੱਥੇ ਕਿਉਂ ਯੂਪੀ 'ਚ ਕਈ ਸਾਡੇ ਭਰਾ ਉੱਥੇ ਵੱਡੇ ਵੱਡੇ ਹੋਲੇ ਮਹੱਲੇ ਦੇ ਦਿਹਾੜੇ ਮਨਾ ਰਹੇ ਪ੍ਰਦੇਸ਼ਾਂ 'ਚ ਦੁਨੀਆ ਭਰ 'ਚ ਇਹ ਦੁਨੀਆ 'ਚ ਗੱਲ ਚੱਲ ਗਈ ਮਹਾਰਾਜ ਦੀ ਦੁਨੀਆ 'ਚ ਖਾਲਸਾ ਵਸਦਾ ਖੇਡਿਆ ਜਾਣਾ ਰੰਗਾਂ ਦੇ ਵਿੱਚ ਰੰਗਿਆ ਹੋਇਆ ਸ਼੍ਰੀ ਅਨੰਦਪੁਰ ਸਾਹਿਬ ਨਜ਼ਰ ਆਉਣਾ ਔਰ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਨਤਮਸਤਕ ਹੋਣ ਤੋਂ ਬਾਅਦ ਜਥੇ ਦਲ ਰਵਾਨਾ ਹੋਣਗੇ ਔਰ ਘੋੜਿਆਂ ਦੀ ਜੋ ਰਜਮਾਇਸ਼ ਜਿਹੜੀ ਹੈ ਉਹ ਵੀ ਮੈਦਾਨਾਂ ਦੇ ਵਿੱਚ ਜਿਹੜੀ ਅੱਜ ਗੂੰਜਦੀਆਂ ਹੋਈਆਂ ਨਜ਼ਰ ਆਉਣਗੀਆਂ ਕੈਮਰਾਮੈਨ ਹਰਪਾਲ ਦੇ ਨਾਲ ਦਪ੍ਰੀਤ ਸਿੰਘ ਲਿਵਿੰਗ ਇੰਡੀਆ ਨਿਊਜ਼ ਸ਼੍ਰੀ ਅਨੰਦਪੁਰ ਸਾਹਿਬ